ਚਾਨਕੀ ਐਜੂਕੇਸ਼ਨ ਅਕੈਡਮੀ ਦੇ ਪਰਿਵਾਰ 'ਚ ਤੁਹਾਡਾ ਸਵਾਗਤ ਹੈ। ਦੋਸਤੋ, ਲਾਕਡਾਊਨ ਦੇ ਦੌਰਾਨ ਅਸੀਂ ਆਪਣੀ ਸਟੱਡੀ ਨਾਲ ਜੁੜੇ ਰਹਿਣ ਲਈ ਤੁਹਾਡੇ ਲਈ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ। ਆਸ ਤੁਸੀਂ ਚੈਨਲ ਨੂੰ ਫੋਲੋ ਕਰਕੇ ਸਾਡਾ ਹੌਸਲਾ ਵਧਾਉਂਗੇ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਉਪਰਾਲੇ ਕਰ ਸਕੀਏ। अज असी हिस्टरी द एम सी सीक्यू करा स्टार्ट कर हैं लो जी करते हैं पहले क्वेश्चन दो संध घाटी सभ्यता दा बाग आ किस स्थानाया संध घाटी सभ्यता दा बाग है जोड़ा किस स्थान कहा जाता जी ਮੋਹਨਜੋਦੜੋ ਨੂੰ ਜਿਹੜੇ ਸਥਾਨ ਨੂੰ ਬੋਲਿਆ ਜਾਂਦਾ ਮੋਹਨਜੋਦੜੋ ਸੈਕੰਡ ਕੁਐਸਚਨ ਆ ਗਿਆ ਜੀ ਸਿੰਧ ਸਭਿਤਾ ਦੀ ਮੁੰਦਰਾ ਉੱਤੇ ਕਿਹੜੇ ਦੇਵਤੇ ਦਾ ਚਿੱਤਰ ਆਗਾ ਸਿੰਧ ਘਾਟੀ ਦੀ ਜਿਹੜੀ ਸਭਿਤਾ ਹੋਈ ਹੈ ਉਹਦੇ ਮੁੰਦਰਾ ਮਿਲੀਆਂ ਸਾਨੂੰ ਤੇ ਕਿਹੜੇ ਦੇਵਤੇ ਦਾ ਚਿੱਤਰ ਮਿਲਿਆ ਏ ਆਦਿ ਸ਼ਿਵ ਦਾ ਬੀ ਆਦਿ ਬ੍ਰਹਮਾ ਦਾ ਸੀ ਵਣਾਵਾਲੀ ਦਾ ਡੀ ਲੋਥਾ ਦਾ ਕਿਹੜੇ ਦਾ ਮਿਲਿਆ ਜੀ ਫਸਟ ਇਹਦਾ ਆਨਸਰ ਆ ਆਦਿਸ਼ੀ ਇਹਦਾ ਆਨਸਰ ਆਦਿਸ਼ੀ ਅਗਲਾ ਕਵਚਨਾ ਜੀ ਰਗਵੇਦ ਵਿੱਚ ਕਿਹੜੀਆਂ ਨਦੀਆਂ ਦਾ ਉਲੇਖ ਅਫਗਾਨਿਸਤਾਨ ਦੇ ਆਰੀਆ ਦਾ ਸਬੰਧ ਦਾ ਸੂਚਕਾ ਕਿਹੜੀ ਆ ਅਸ਼ਕਨੀ ਪਾਰੂਸ਼ਨੀ ਕੁੰਬਾ ਤੇ ਕੁਰਮ ਤੇ ਜਾਂ ਫਿਰ ਪਿਪਾਸਾ ਇਹਦਾ ਸਹੀ ਅਨਸਰ ਹੈਗਾ ਕੁੰਬਾ ਤੇ ਕੁਰਮ ਜੀ ਚੌਥਕ ਵਕਤਨ ਕਰਦੇ ਹਾਂ ਉਤਰਵੈਦ ਦੇ ਕਾਲ ਦੇ ਵਿੱਚ ਕਿਹੜੀ ਪદ્ધਤੀ ਸੀ ਉਤਰਵੈਦ ਦੇ ਕਾਲ ਦੇ ਵਿੱਚ ਕਿਹੜੀ ਬੱਤੀ ਚੱਲਦੀ ਸੀ OCP PGW ਦੋਵੇਂ ਚੱਲਦੀਆਂ ਸੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਿਹੜੀ ਸਹੀ ਚੱਲਦੀ ਸੀਗੀ PGW ਇਹਦਾ ਅਨਸਰ ਕਿਹੜਾ ਹੈਗਾ ਜੀ B ਅੱਗੇ ਪੰਜਵਾਂ ਕਵਚਨ ਕਰਦੇ ਹਾਂ ਜੀ ਭਾਰਤ ਦੇ ਕਿਸ ਸਥਾਨ ਤੇ ਲੋਹਾ ਧਾਤੂ ਦੇ ਪ੍ਰਚਲਨ ਬਾਰੇ ਪਤਾ ਚੱਲਦਾ ਕਿਹੜੇ-ਕਿਹੜੇ ਕਿਹੜੇ-ਕਿਹੜੇ ਸਥਾਨ ਨੇ ਤਕਸ਼ਿਲਾ ਅੰਤਰਜੀਖੜਾ ਕੋਸਾਂਬੀ ਜਨ ਵਿੱਚੋਂ ਕੋਈ ਵੀ ਨਹੀਂ ਇਹਦਾ ਸਹੀ ਆਨਸਰ ਹੈ ਜੀ ਅੰਤਰਜੀਖੜਾ ਕਿਹੜਾ ਹੈਗਾ ਅੰਤਰਜੀਖੜਾ ਸ਼ੀਮਕ ਵਚਨ ਕਰਦੇ ਆ ਕਪਲਮੁਨੀ ਦੁਆਰਾ ਲਿਖਿਆ ਗਿਆ ਗ੍ਰੰਥ ਕਪਲਮੁਨੀ ਦੁਆਰਾ ਲਿਖਿਆ ਗ੍ਰੰਥ ਕਿਹੜਾ ਦਾ ਉਹਦਾ ਨਾਮ ਕੀ ਹੈ ਕਪਲਮੁਨੀ ਦਾ ਦੁਆਰਾ ਜਿਹੜਾ ਗ੍ਰੰਥ ਲਿਖਿਆ ਗਿਆ ਪੂਰਵ ਮਿਮंसा ਸੰਖਿਆਦਰਸ਼ਨ ਨਿਆਦਰਸ਼ਨ ਜਾਂ ਉੱਤਰ ਮਿਮंसा ਇਹਦਾ ਸਹੀ ਆਨਸਰ ਹੈ ਜੀ ਸੰਖਿਆਦਰਸ਼ਨ ਨਿਆ ਨਿਆਦਰਸ਼ਨ ਕਿਹਦਾ ਲਿਖਿਆ ਦਾਰ ਨਿਆਦਰਸ਼ਨ ਲਿਖਿਆ ਹੈ ਚਰਕ ਦਾ ਗੌਤਮ ਦਾ ਕਪਲ ਦਾ ਜਾਂ ਜੈਮਨੀ ਦਾ ਨਿਆ ਦਰਸ਼ਨ ਕਿਦਾਗਾ ਗੌਤਮ ਦਾ ਕਲੀਅਰ ਹੈ ਜੀ 8ਵਾਂ ਕਵਚਨ ਕਰਦੇ ਆਂ ਮਲਿੰਦ ਪਾਨੋ ਰਾਜਾ ਮਲਿੰਦ ਦੇ ਕਿਸ਼ ਬੋਧ ਪਿਖਸ਼ੂ ਵਿਚਾਰ ਸੰਵਾਦ ਆ ਮਲਿੰਦ ਪਾਨੋ ਰਾਜਾ ਮਲਿੰਦ ਤੇ ਕਿਸ ਬੋਧ ਪਿਖਸ਼ੂ ਦੇ ਵਿਚਾਰ ਸੰਵਾਦ ਆ ਨਾਗसेन ਨਾਗਾਰਜੁਨ ਨਾਗਪਟ ਜਾਂ ਫਿਰ ਕੁਮਾਰੀਲ ਪਟ ਜਿਹਦੇ ਵਿਚਾਰ ਆ ਜੀ ਇਹਦਾ ਸਹੀ ਆਨਸਰ ਆ ਏ ਨਕਸੇ ਠੀਕ ਹੈ ਜੀ ਨਮਕ ਵਚਨ ਕਰਦੇ ਹਾਂ ਤਿੰਨ ਰਤਨ ਸਿਧਾਂਤ ਕਿਸ ਧਰਮ ਵਿੱਚ ਆ ਕਿਹੜੇ ਧਰਮ ਦੇ ਵਿੱਚ ਆ ਬੋਧ ਧਰਮ ਦੇ ਵਿੱਚ ਜੈਨ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਾਂ ਕੋਈ ਵੀ ਨਹੀਂ ਕਿਹਦੇ ਵਿੱਚ ਆ ਇਹਦਾ ਸਹੀ ਆਨਸਰ ਹੈ ਜੀ ਬੀ ਦਸਮਕ ਵਚਨ ਅਸ਼ਟਾਂਗ ਮਾਰ ਕਿਸ ਦੰਗਾ ਅਸਟਾਂਗ ਮਰ ਕੀ ਦੰਗਾ ਦੀਪ ਵੰਸ਼ ਦਾ ਦੇਵਿਆਵਾਦਨ ਦਾ ਮਹਾਪਰਿਨਿਰਮਾਨ ਦਾ ਮਹਾਪਰੀ ਵਰਮਨ ਦਾ ਜਾਂ ਧਰਮ ਚੱਕਰ ਪਰਵਰਤਨ ਦਾ ਇਹਦਾ ਸਹੀ ਆਨਸਰ ਹੈ ਜੀ ਈ ਅਸਟਾਂਗ ਮਰ ਕਿਸ ਦੰਗਾ ਈ ਧਰਮ ਚੱਕਰ ਪਰਵਰਤਨ ਦਾ ਨੈਕਸਟ ਆ ਗਿਆ ਦਿਲਵਾੜਾ ਦੇ ਵਿੱਚ ਜੈਨ ਮੰਦਿਰ ਦਾ ਨਿਰਮਾਨ ਕਿਸ ਨੇ ਕਰਵਾਇਆ ਸੀ ਦੇ ਲਵਾੜਾ ਦੇ ਵਿੱਚ ਜਿਹੜਾ ਜੈਨ ਮੰਦਰਾ ਉਹਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਚੋਲਾ ਨੇ ਵੈਸ਼ਨਵ ਨੇ ਜੈਨ ਜਾਂ ਬੁੱਧ ਜੈਨ ਨੇ ਇਹਦਾ ਅਨਸਰ ਹੈ ਕਿ ਸੀ ਪਰਿਸ਼ਿਸ਼ਟ ਪਰਵ ਲਿਖਿਆ ਗਿਆ ਹੈਗਾ 12ਵਾਂ ਕੁਐਸਚਨ ਹੈ ਪਰਿਸ਼ਿਸ਼ਟ ਪਰਵ ਕਿਸ ਦੇ ਦੁਆਰਾ ਲਿਖਿਆ ਗਿਆ ਪਧਰਵਾ ਦੁਆਰਾ ਸਤੂਰ ਪਧਰ ਦੁਆਰਾ ਹੀਮਚੰਦਰ ਦੁਆਰਾ ਜਾਂ ਕੋਈ ਵੀ ਨਹੀਂ ਇਹਦਾ ਸਹੀ ਆਨਸਰ ਹੈ ਜੀ ਸੀ ਹੇਮਚੰਦਰ ਬੁੱਧ ਨੇ ਸਭ ਤੋਂ ਵੱਧ ਉਪਦੇਸ਼ ਕਿੱਥੇ ਦਿੱਤੇ ਨੇ ਬੁੱਧ ਨੇ ਸਭ ਤੋਂ ਵੱਧ ਉਪਦੇਸ਼ ਕਿੱਥੇ ਦਿੱਤੇ ਨੇ ਸ੍ਰੀ ਵਸਤੀ ਪਾਵਾ ਗੰਧਾਰ ਜਾਂ ਉਜੈਨ ਦੇ ਵਿੱਚ ਸਭ ਤੋਂ ਵੱਧ ਇਹਦਾ ਆਨਸਰ ਹੈ ਕਿ ਜੀ ਏ ਸਾਰਨਾਥ ਦਾ ਤੁਮੇਖ ਸਤੂਪ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਸਾਰਨਾਥ ਦਾ ਜਿਹੜਾ ਤੁਮੇਖ ਸਤੂਪ ਦਾ ਨਿਰਮਾਣ ਕਿਸ ਨੇ ਕਰਵਾਇਆ ਸੀਗਾ ਇਹ ਕਰਵਾਇਆ ਸੀਗਾ ਮੋਰਿਆ ਨੇ ਕੁਸਾਨ ਨੇ ਸੁੰਗਤ ਜਾਂ ਗੁਪਤ ਨੇ ਇਹਦਾ ਅਨਸਰ ਹੈ ਜੀ ਡੀ ਗੁਪਤ ਵੰਸ਼ ਅਗਲਾ ਕੁਐਸਚਨ ਹੈ ਮਹਿਰੋਲੀ ਥੰਬ ਲੇਖ ਦਾ ਨਿਰਮਾਣ ਕਿਹੜੀ ਸਦੀ ਵਿੱਚ ਹੋਇਆ ਮਹਿਰੋਲੀ ਮਹਿਰੋਲੀ ਥੰਬ ਲੇਖ ਹੈ ਜਿਹੜਾ ਉਹਦਾ ਨਿਰਮਾਣ ਕਿਹੜੀ ਸਦੀ ਦੇ ਵਿੱਚ ਹੋਇਆ ਚੌਥੀ ਸਦੀ ਦੇ ਵਿੱਚ 7ਵੀਂ ਸਦੀ ਦੇ ਵਿੱਚ 5ਵੀਂ ਸਦੀ ਦੇ ਵਿੱਚ ਜਾਂ 3ਜੀ ਸਦੀ ਦੇ ਵਿੱਚ ਕਿਹਦੇ ਦੇ ਵਿੱਚ ਹੋਇਆ ਜੀ ਇਹ ਅਨਸਰ ਹੈ ਦਾ 4ਵੀਂ ਸਦੀ ਦੇ ਵਿੱਚ ਅਮਰਕੋਸ਼ ਦੇ ਲੇਖਕ ਅਮਰ ਸਿੰਘ ਕਿਸ ਸਾਸਕ ਦੇ ਦਰਬਾਰ ਦੇ ਨਾਲ ਜੁੜੇ ਹੋਏ ਸੀ ਇਹ ਚੰਦਰਗੁਪਤ ਪਹਿਲਾ ਚੰਦਰਗੁਪਤ ਦੂਜਾ ਸਕੰਦਗੁਪਤ ਜਾਂ ਚੰਦਰਗੁਪਤ ਦੂਜਾ ਇੱਥੇ ਦੋ ਨਾਮ ਆ Đੋਗੇ ਇਹਦਾ ਅਨਸਰ ਚੰਦਰਗੁਪਤ ਦੂਸਰਾ ਗੱਲ ਲੀਰਾ ਅੱਗੇ ਆ ਗਿਆ ਗੁਪਤ ਵੰਸ਼ ਦਾ ਸੰਸਥਾਪਕ ਗੁਪਤ ਵੰਸ਼ ਦਾ ਸੰਸਥਾਪਕ ਕੌਣ ਹੈਗਾ ਸਤਾਰਮਕ ਵਚਨਾਂ ਘੜੋਤ ਕੱਚ ਚੰਦਰ ਗੁਪਤ ਪਹਿਲਾ ਚੰਦਰ ਗੁਪਤ ਦੂਜਾ ਜਾਂ ਸ੍ਰੀ ਗੁਪਤਾ ਕੌਣਾ ਸੰਸਥਾਪਕ ਇਹਨਾਂ ਦਾ ਸ੍ਰੀ ਗੁਪਤ ਜੀ ਕਿਹੜਾ ਆਨਸਰ ਆ ਡੀ ਗੁਪਤ ਸ਼ਾਸਕਾਂ ਦੀ ਸਰਕਾਰੀ ਭਾਸ਼ਾ ਸਰਕਾਰੀ ਭਾਸ਼ਾ ਕਿਹੜੀਆਂ ਉਪਸਾਸਕਾਂ ਦੀ ਪਾਲੀ ਆ ਪ੍ਰਕਿਰਤਾ ਹਿੰਦੀ ਆ ਜਾਂ ਫਿਰ ਸੰਸਕ੍ਰਿਤ ਕਿਹੜੀ ਭਾਸ਼ਾ ਗਈ ਇਹਦਾ ਆਨਸਰ ਡੀ ਆ ਸੰਸਕ੍ਰਿਤ ਕਲੀਅਰ ਹੈ ਜੀ ਨੈਕਸਟ ਕੁਐਸਚਨ ਆ ਗਿਆ 19ਵਾਂ ਮਹੰਜੋਦੜੋ ਕਿਸ ਨਦੀ ਤੇ ਆ ਮਹੰਜੋਦੜੋ ਆ ਜਿਹੜਾ ਕਿਹੜੀ ਨਦੀ ਤੇ ਮਹੰਜੋਦੜੋ ਸਥਾਨ ਕਿਹੜੀ ਨਦੀ ਤੇ ਆ ਕਿਹੜੀ ਤੇ ਆ ਚਨਾਬ ਤੇ ਆ ਸਤਲੁਜ ਤੇ ਆ ਰਾਵੀ ਤੇ ਆ ਜਾਂ ਸੰਤ ਤੇ ਆ ਕਿਹੜੀ ਤੇ ਆ ਜੀ ਇਹਦਾ ਆਨਸਰ ਆ ਡੀ ਸੰਧਤ ਹੈ। ਇਰਨਮ ਬਲੇਖ ਕਿਸ ਸਸਤ ਨਾਲ ਸੰਬੰਧਤ ਹੈ? ਇਰਨਮ ਬਲੇਖ ਹੈ ਜਿਹੜਾ ਕਿਹੜੇ ਸਸਤ ਨਾਲ ਸੰਬੰਧਤ ਹੈ? ਬ੍ਰਹਮਗੋਪਤ ਨਾਲ, ਚੰਦਰਗੋਪਤ ਪਹਿਲੇ ਨਾਲ, ਚੰਦਰਗੋਪਤ ਦੂਜੇ ਨਾਲ ਜਾਂ ਪੰਨੂਗੋਪਤ ਨਾਲ? ਕਿਹੜੇ ਨਾਲ ਸੰਬੰਧਤ ਹੈ ਜੀ? ਡੀ ਪੰਨੂਗੋਪਤ ਨਾਲ। ਲੋ ਜੀ ਅਜਲੀ ਬੀਗ ਵਚਨ ਨੇ ਅੱਗੇ ਅਸੀਂ ਵੀਡੀਓ ਲੈ ਕੇ ਆਵਾਂਗੇ। ਜਿਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੱਧ ਤੋਂ ਵੱਧ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਕਰਵਾਓਗੇ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਤੁਸੀਂ ਤੁਹਾਡੇ ਲਈ ਹੋਰ ਮਿਹਨਤ ਕਰ ਸਕੀਏ ਧੰਨਵਾਦ